ਲੁਧਿਆਣਾ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਇਸ ਚੈਨਲ ਦੇ ਜ਼ਰੀਏ ਤੁਹਾਨੂੰ ਵੱਖ ਵੱਖ ਸਮਾਜ ਨਾਲ ਜੁੜੀਆਂ ਸ਼ਖਸੀਅਤਾਂ ਨਾਲ ਮੁਲਾਕਾਤ ਕਰਵਾਉਂਦੇ ਰਹਿੰਦੇ ਹਾਂ। ਸਾਡੇ ਨਾਲ ਨੇ ਬੰਬੇ ਤੋਂ ਅਦਾਕਾਰ ਪੂਜਾ ਡਡਵਾਲ ਜੀ, ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਪੰਜਾਬ ਕੀ ਧਰਤੀ ਕੇ ਬਾਰੇ ਮੈਂ ਆਪਸੇ ਕਿਆ ਕਹੂੰ, ਇਤਨਾ ਪਿਆਰ ਮਿਲਾ, ਇਤਨਾ ਪਿਆਰ ਮਿਲਾ ਕਿ ਜਾਣੇ ਕਾ ਦਿਲ ਨਹੀਂ ਕਰ ਰਿਹਾ ਹੈ, ਲੇਕਿਨ ਯੈਸ, ਵਾਪਸ ਜ਼ਰੂਰ ਆਵੇਗਾ। ਠੀਕ ਹੈ, ਹੁਣ ਕਿੰਨੇ ਦਿਨ ਦਾ ਇੱਥੇ ਤੁਹਾਡਾ ਟੂਰ ਹੈ ਜੀ? ਸਰ, ਮੈਂ ਤਾਂ ਯਹਾਂ ਪਰ ਆਈ ਥੀ ਔਨ ਦ 20th ਐਂਡ ਅੱਜ 23 ਹੈ, ਤੋ ਆਜ ਜਾ ਰਹੀ ਹੂੰ ਚੰਡੀਗੜ੍ਹ। ਵਾਪਸੀ ਆਉਂਗੀ 22 ਮਾਰਚ ਨੂੰ ਫਿਰ। ਵਾਪਸੀ, ਵਾਪਸੀ, ਹਾਂਜੀ। ਅੱਛਾ, ਤੁਸੀਂ ਇੱਥੇ ਆ ਕੇ ਕਿਹੜੇ ਕਿਹੜੇ ਗੁਰੂ ਘਰਾਂ ਦੇ ਦਰਸ਼ਨ ਕੀਤੇ? ਸਰ, ਸਭ ਤੋਂ ਪਹਿਲੇ ਜਦੋਂ ਮੁੰਬਈ ਸੇ ਉਤਰੇ, ਵੀ ਲੈਂਡਡ ਇਨ ਅੰਮ੍ਰਿਤਸਰ, ਵਹਾਂ ਪਰ ਆਈ ਮੀਨ ਮੁਝੇ ਐਸਾ ਲਗਾ ਕਿ ਮੈਂ ਸਪਨਾ ਦੇਖ ਰਹੀ ਹੂੰ। ਜਬ ਵਹਾਂ ਗੋਲਡਨ ਟੈਂਪਲ ਮੇਂ ਮੈਂ ਗਈ ਐਂਡ ਸ਼ਾਮ ਕਾ ਵਕਤ ਥਾ, ਮਾਈ ਗੋਡ, ਮੁਝੇ ਐਸਾ ਲਗਾ ਥਾ ਕਿ ਮੈਂ ਸਵਰਗ ਮੇਂ ਚਲ ਰਹੀ ਹੂੰ। ਆਈ ਮੀਨ ਮੈਨੇ ਸਿਰਫ ਆਪਣੇ ਸਪਨੇ ਮੇਂ ਸੋਚਾ ਥਾ, ਲੇਕਿਨ ਮੇਰਾ ਇਹ ਸਪਨਾ ਐਕਚੁਅਲ ਮੇਂ ਸੱਚ ਹੋ ਗਿਆ ਐਂਡ ਥੈਂਕਸ ਟੂ ਜੌਲੀ ਵਿਕਾਸ ਜੌਲੀ ਜੀ, ਜੋ ਮੇਰੇ ਪ੍ਰੋਡਿਊਸਰ। ਮੈਡਮ ਜੀ, ਹੋਰ ਕੀ ਕਹਿਣਾ ਚਾਹੁੰਦੇ ਪੰਜਾਬ ਵਾਸਤੇ? ਸਰ, ਪੰਜਾਬ ਮੇਂ ਤੋ ਸੱਚ ਕਹੂੰ, ਸਰਸੋਂ ਕਾ ਸਾਗ ਔਰ ਮੱਕੇ ਕੀ ਰੋਟੀ ਖਾ ਕੇ ਬਹੁਤ ਮਜ਼ਾ ਆਇਆ ਐਂਡ ਯੈਸ ਯੈਸ ਅਫਕੋਰਸ, ਜਿਸ ਦਿਨ ਮੈਂ ਆਈ ਯਹਾਂ ਪਰ ਲੁਧਿਆਣਾ, ਸਭ ਸੇ ਪਹਿਲੇ ਮੈਨੇ ਵਹੀ ਖਾਇਆ ਕਿਉਂਕਿ ਬਹੁਤ ਸੁਣਾ ਥਾ ਇਸਕੇ ਬਾਰੇ ਮੇਂ ਐਂਡ ਖਾਣੇ ਕੇ ਬਾਅਦ ਤੋ ਮਤਲਬ ਮੈਨੇ ਸੋਚਾ ਥਾ ਮੈਂ ਏਕ ਹੀ ਖਾ ਪਾਉਂਗੀ, ਮੱਕੇ ਕੀ ਰੋਟੀ, ਲੇਕਿਨ ਦੋ ਘਟਕ ਗਈ ਮੈਂ। ਹਾਂਜੀ, ਲੇਕਿਨ ਮੈਂ ਇੱਦਾਂ ਹੀ ਕਹਿਣਾ ਚਾਹੂੰਗੀ ਸਰ ਕਿ ਜੋ ਪਿਆਰ ਮੁਝੇ ਯਹਾਂ ਮਿਲਾ ਹੈ, ਮੈਨੇ ਆਜ ਤੱਕ ਆਪਣੇ ਪੂਰੇ ਕਰੀਅਰ ਮੇਂ ਕਹੀਂ ਪਰ ਵੀ ਨਹੀਂ ਮਿਲਿਆ। ਮੂਵੀ ਬਾਰੇ ਕੀ ਕਹਿਣਾ ਚਾਹੋਗੇ? ਵੈਲ, ਯੇ ਜੋ ਮੂਵੀ ਹੈ ਬਹੁਤ ਹੀ ਪਿਆਰ ਸੇ ਹਮਨੇ ਬਣਾਈ ਹੈ ਐਂਡ ਮੁਝੇ ਯੇ ਚੀਜ਼ ਬਹੁਤ ਕਰੀਬ ਸੇ ਮਹਿਸੂਸ ਹੋਈ ਇਨ ਦ ਮੇਕਿੰਗ ਆਫ ਦਿਸ ਫਿਲਮ ਕਿ ਨਹੀਂ, ਜੋ ਵੀ ਹੈ ਬਾਬਾ ਜੀ ਹੈ, ਕਿਉਂਕਿ ਉਨਕੀ ਕਹਤੇ ਨਾ ਪ੍ਰੈਜ਼ੈਂਸ ਮੇਰੇ ਹਰ ਸ਼ਾਟ ਮੇਂ ਮੁਝੇ ਬਹੁਤ ਮਹਿਸੂਸ ਹੋ ਰਹੀ ਥੀ। ਮੂਵੀ ਦਾ ਨਾਮ ਕੀ ਹੈ? ਮੂਵੀ ਕਾ ਨਾਮ ਹੈ ਸ਼ੁਕਰਾਨਾ ਗੁਰੂ ਨਾਨਕ ਦੇਵ ਜੀ ਕਾ। ਠੀਕ, ਓਕੇ, ਥੈਂਕ ਯੂ।